ਗੁਰੂ ਅਮਰਦਾਸ ਪਾਤਸ਼ਾਹ ਜੀ ਪੁੱਛਦੇ ਨੇ, ਕਹਿੰਦੇ ਬੇੜੀ ਦੇ ਵਿੱਚ ਸਵਾਰ ਹੋ ਕੇ ਤੁਸੀਂ ਸਾਰੇ ਜਣੇ ਇੱਕ ਵਾਰੀ ਇੱਥੇ ਪਹੁੰਚ ਗਏ? ਕਹਿੰਦੇ ਜੀ ਨਹੀਂ। ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਕਿਉਂ ਨਹੀਂ ਆਏ ਇਕੱਠੇ? ਕਹਿੰਦੇ ਜੀ ਦਰਅਸਲ ਗੱਲ ਇਹ ਆ ਵੀ ਜਦੋਂ ਅਸੀਂ ਬੇੜੀ ਵਿੱਚ ਸਵਾਰ ਹੋਣ ਲੱਗੇ ਹਾਂ ਉਸ ਸਮੇਂ ਮਲਾਹ ਨੇ ਸਾਰਿਆਂ ਨੂੰ ਭਾਉਣ ਤੋਂ ਇਨਕਾਰ ਕਰ ਦਿੱਤਾ। ਅਸੀਂ ਮਿਹਨਤਾਂ ਕੀਤੀਆਂ ਵੀ ਅਸੀਂ ਘਰ ਪਰਿਵਾਰ ਕੰਮ ਕਾਰ ਵਾਲੇ ਬੰਦੇ ਹਾਂ, ਅਸੀਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਵਾਪਸ ਆਉਣਾ ਜਲਦੀ ਨਾਲ। ਉਹ ਕਹਿੰਦਾ ਵੀ ਮੈਂ ਸਾਰਿਆਂ ਨੂੰ ਨਹੀਂ ਬਿਠਾਉਣਾ। ਕਹਿੰਦੇ ਅਸੀਂ ਕਿਹਾ ਵੀ ਤੂੰ ਕਿਰਾਇਆ ਭਾਵੇਂ ਹੋਰ ਲੈ ਲਈ ਵੱਧ ਲੈ ਲਈ ਪਰ ਲੈ ਚੱਲ ਇੱਕ ਵਾਰੀ। ਕਹਿੰਦੇ ਪਰ ਉਹ ਮਲਾਹ ਮੰਨਿਆ ਨੀ। ਜਦੋਂ ਅਸੀਂ ਜਦ ਕੀਤੀ ਨਾ, ਕਹਿੰਦੇ ਉਹਨੇ ਕਿਸ਼ਤੀ ਦੇ ਉੱਪਰਲੇ ਕਿਨਾਰੇ ਨੂੰ ਛੱਡ ਕੇ ਨਾ ਇੱਕ ਰੰਗ ਨਾਲ ਨਿਸ਼ਾਨੀ ਜੀ ਲਾਈ ਹੋਈ ਸੀ ਤੇ ਉਹ ਸਾਨੂੰ ਕਹਿਣ ਲੱਗਾ ਵੀ ਜੇ ਤੁਸੀਂ ਜਦ ਕੀਤੀ ਇੱਕ ਬੰਦਾ ਵੀ ਵੱਧ ਧੱਕੇ ਨਾਲ ਭਾਲਦਾ ਬੇੜੀ ਪਾਣੀ ਤੋਂ ਆ ਪੰਜ ਚਾਰ ਉਂਗਲਾਂ ਬਾਹਰ ਰਹਿਣੀ ਜ਼ਰੂਰੀ ਹੈ। ਜੇ ਜਦ ਕੀਤੀ ਇੱਕ ਦੋ ਆਦਮੀ ਵੀ ਧੱਕੇ ਨਾਲ ਬੈਠ ਕੇ ਸਾਰੇ ਦੇ ਸਾਰੇ ਵਿੱਚ ਡੁੱਬ ਜਾਓਗੇ। ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਬਸ ਤੁਹਾਡੇ ਪ੍ਰਸ਼ਨ ਦਾ ਉੱਤਰ ਇਹੀ ਆ। ਜਿਸ ਤਰ੍ਹਾਂ ਬੇੜੀ ਨੂੰ ਤਰਨ ਵਾਸਤੇ ਪੰਜ ਚਾਰ ਉਂਗਲਾਂ ਬਾਹਰ ਰਹਿਣਾ ਜ਼ਰੂਰੀ ਹੈ, ਉਹ ਮੰਜ਼ਿਲ 'ਤੇ ਪਹੁੰਚ ਜਾਂਦੀ ਹੈ। ਸਿੱਖਾਂ ਕਿਰਤ ਕਰਨੀ ਬੜੀ ਜ਼ਰੂਰੀ ਹੈ, ਸਾਰੇ ਜਾਣੇ ਕਿਰਤ ਕਰਿਆ ਕਰੋ। ਇਹ ਗੁਰੂ ਨਾਨਕ ਦੇਵ ਜੀ ਦਾ ਦਿੱਤਾ ਹੋਇਆ ਸਿਧਾਂਤ ਹੈ, ਜਿਹੜਾ ਕਿਰਤ ਨਹੀਂ ਕਰਦਾ ਉਹ ਧਰਮੀ ਨਹੀਂ ਹੋ ਸਕਦਾ। ਪਰ ਘਰ ਪਰਿਵਾਰ ਵਿੱਚ ਰਹਿੰਦਿਆਂ ਹੋਇਆ ਇਸ ਗੱਲ ਦਾ ਧਿਆਨ ਰੱਖਿਓ, ਕਿਤੇ ਦੋ ਚਾਰ ਘੜੀਆਂ ਵੀ ਸਤਸੰਗ ਵਾਸਤੇ ਚੌਵੀਆਂ ਘੰਟਿਆਂ ਵਿੱਚੋਂ ਕੱਢ ਲਈਆਂ ਜਾਣ, ਮਨੁੱਖ ਭਵਜਲ ਵਿੱਚ ਨਹੀਂ ਡੁੱਬਦਾ, ਉਹ ਪਾਰ ਹੋ ਜਾਂਦਾ ਹੈ। ਸੰਗਤ ਵਿੱਚ ਜਿਹੜਾ ਸਿੱਖ ਇੱਕ ਦੋ ਘੜੀਆਂ ਵੀ ਆਣ ਕੇ ਬੈਠ ਗਿਆ, ਜਾਣੀ ਕਿ ਰੁਝੇਵਿਆਂ ਭਰੀ ਜ਼ਿੰਦਗੀ ਚੋਂ ਕੁਝ ਸਮਾਂ ਕੱਢ ਕੇ ਜਿਹੜਾ ਸਤਸੰਗ ਵਿੱਚ ਆਏਗਾ ਭਵਜਲ ਵਿੱਚ ਡੁੱਬੇਗਾ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਲਮ ਚੱਕੀ, ਇਸ ਸਿੱਖਿਆ ਨੂੰ ਕਲਮ ਬੰਦ ਕੀਤਾ। ਭਾਈ ਸਾਹਿਬ ਜੀ ਕਹਿੰਦੇ ਜੈਸੇ ਬੋਝ ਭਰੀ ਨਾਵ ਆਂਗਣੀ ਤੋਂ ਬਾਹਰ ਹੋਇਆ ਪਾਰ ਪਰੈ ਪੂਰ ਸੰਭੈ ਕੁਸ਼ਲ ਦੇਹਾਤ ਹੈ। ਜਿਵੇਂ ਬੇੜੀ ਜੇ ਦੋ ਚਾਰ ਉਂਗਲਾਂ ਵੀ ਪਾਣੀ ਤੋਂ ਬਾਹਰ ਰਹਿ ਜਾਏ ਉਹ ਅਗਲੇ ਕਿਨਾਰੇ ਤੇ ਪਹੁੰਚ ਜਾਂਦੀ ਹੈ। ਜੇ ਭਲਾ ਲਾਲਚ ਕਰ ਲਵੇ ਮਲਾਹ ਵੀ ਦੋ ਚਾਰ ਸਵਾਰੀਆਂ ਦਾ ਕਿਰਾਇਆ ਹੋਰ ਬਣ ਜਾਵੇ, ਭਾ ਲਵੇ ਪਾਣੀ ਦੇ ਵਿੱਚ ਸਾਰੀ ਦੀ ਸਾਰੀ ਕਿਨਾਰਿਆਂ ਤੱਕ ਪਹੁੰਚ ਜਾਏ ਡੁੱਬ ਜਾਏਗੀ। ਇਸੇ ਤਰ੍ਹਾਂ ਜੀਵਨ ਵਿੱਚੋਂ ਕੁਝ ਪਲ ਸਤਸੰਗ ਵਾਸਤੇ ਕੱਢਣੇ ਜ਼ਰੂਰੀ ਨੇ। ਦੂਜੀ ਉਦਾਹਰਣ ਕਹਿੰਦੇ ਜੇ ਕੋਈ ਆਦਮੀ ਦਸ ਪੰਦਰਾਂ ਮਿੰਟ ਵੀ ਟਾਈਮ ਕੱਢ ਕੇ ਰਸੋਈ 'ਚ ਬੈਠੇ ਪ੍ਰਸ਼ਾਦਾ ਪਾਣੀ ਛੱਕ ਲਵੇ ਤੇ ਉਹ ਕਹਿੰਦੇ ਤਕਰੀਬਨ ਕਈ ਘੰਟੇ ਵਾਸਤੇ ਉਹਨੂੰ ਊਰਜਾ ਐਨਰਜੀ ਮਿਲ ਜਾਂਦੀ, ਕੰਮ ਕਰਨ ਦੇ ਯੋਗ ਹੋ ਜਾਂਦਾ। ਜੈਸੇ ਇੱਕ ਆਹਾਰੀ ਇੱਕ ਘੜੀ ਪਾਕ ਸਾਲ ਬੈਠ ਭੋਜਨ ਕਿਆ ਦਿਨ ਸਵਾਦ ਕਿਆ ਆਧਾਰ ਹੈ। ਜੇ ਕੋਈ ਜਦ ਕਰ ਲਵੇ ਵੀ ਮੈਂ ਦਸ ਪੰਦਰਾਂ ਮਿੰਟ ਵੀ ਪ੍ਰਸ਼ਾਦਾ ਛੱਕਣ ਵਾਸਤੇ ਨਹੀਂ ਕੱਢਣੇ ਤਾਂ ਜੀਵਨ ਦਾ ਚੱਲਣਾ ਔਖਾ ਹੋ ਜਾਏਗਾ। ਤੀਜੀ ਉਦਾਹਰਨ ਦਿੱਤੀ ਭਾਈ ਸਾਹਿਬ ਜੀ ਕਹਿੰਦੇ ਜੈਸੇ ਰਾਜ ਦੁਆਰ ਜਾਏ ਕਰਤ ਜੁਹਾਰ ਜਨ ਏਕ ਘੜੀ ਪਾਤਸ਼ਾਹ ਦੇਸ਼ ਭੋਗਤਾ ਹੋਇਆ ਖਾਤ ਹੈ। ਕੋਈ ਆਦਮੀ ਰਾਜੇ ਦੇ ਦਰ ਤੇ ਮੰਗਣ ਲਈ ਜਾਏ ਮੰਗਦਿਆਂ ਬਹੁਤਾ ਲੰਮਾ ਸਮਾਂ ਨਹੀਂ ਲੱਗਦਾ, ਕਹਿੰਦੇ ਕੁਝ ਛਿਣ ਲੱਗਦੇ ਨੇ ਤੇ ਜੇ ਰਾਜਾ ਮਿਹਰਬਾਨ ਹੋ ਜਾਏ ਨਾ ਕਈ ਵਾਰੀ ਜੰਗੀਰਾਂ ਵੀ ਬਖਸ਼ ਦਿੰਦਾ ਵੀ ਇਹ ਗਰੀਬ ਆਦਮੀ ਅੱਜ ਇਹਨੂੰ ਕੋਈ ਦੋ ਚਾਰ ਟੱਕੇ ਦੇ ਕੇ ਮੋੜ ਦਿੱਤਾ ਨੇ ਕੱਲ੍ਹ ਨੂੰ ਫੇਰ ਆ ਜਾਣਾ। ਮੰਗਦਿਆਂ ਵਾਲਾ ਸਮਾਂ ਨਹੀਂ ਲੱਗਿਆ, ਝੋਲੀ ਵਿੱਚ ਖੈਰ ਪਾ ਕੇ ਸਾਰੀ ਜ਼ਿੰਦਗੀ ਦਾ ਪ੍ਰਸ਼ਾਦਾ ਪਾਣੀ ਮਿਲ ਗਿਆ। ਇਹ ਤਿੰਨ ਉਦਾਹਰਨਾਂ ਦਿੱਤੀਆਂ ਭਾਈ ਸਾਹਿਬ ਜੀ ਨੇ। ਚੌਥੀ ਗੱਲ ਕੀਤੀ ਸਤਸੰਗ ਵਿੱਚ ਆਉਣ ਦੀ ਮਹਾਨਤਾ ਦੀ, ਕਹਿੰਦੇ ਆਠ ਹੀ ਪਹਿਰ ਸਾਠ ਘੜੀ ਮੈਂ ਜੋ ਏਕ ਘੜੀ ਸਾਧ ਸਮਾਗਮ ਕਰੇ ਨਿੱਜ ਘਰ ਜਾਤ ਹੈ। ਕਹਿੰਦੇ ਜੇ ਕੋਈ ਇੱਕ ਅੱਧ ਘੜੀ ਵੀ ਸਤਸੰਗ ਵਿੱਚ ਆਉਂਦਾ ਰਹੇ ਨਾ ਉਹ ਭਵਜਲ ਵਿੱਚ ਡੁੱਬਦਾ ਨਹੀਂ, ਜੀਵਨ ਜਾਂਚ ਮਿਲੀ ਰਹਿੰਦੀ ਹੈ ਘਰ ਪਰਿਵਾਰ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਸਤਸੰਗ ਵਿੱਚ ਆਉਣਾ ਲਾਜ਼ਮੀ ਹੈ। ਭਗਤ ਕਬੀਰ ਜੀ ਕਹਿੰਦੇ ਨੇ ਏਕ ਘੜੀ ਆਧੀ ਘੜੀ ਆਧੀ ਹੁੰਦੇ ਆਦਿ ਭਗਤਨ ਸੇਤੀ ਗੋਸਟੇ ਜੋ ਕਿੰਨੇ ਸੋ ਲਾਭ। ਆਪਾਂ ਸਾਰੇ ਹੀ
गुरु हजूरी विच अरदास करन लई अज पहुंचे हां। मैं बेनती करा समा अपनी तौर हमेशा वास्ते तुरदा रहिंदा है। जदों दुनिया के लोग भुल जाते ने समा उदों भी जानदा, जदों दुनिया के लोग सौ जाते ने समा उदों भी जागदा। जिन्हां ने समय नूं नष्ट कीता समय ने उन्हां नूं नष्ट करके रख दिता। समय की संभाल बहुत जरूरी है। बंदा सारी जिंदगी जिंदगी जीण वाली चीजा का तो हिसाब लाता पर जिंदगी का हिसाब नहीं लाता कदे। कहिंदे कोई नदान कोई अणजाण बीबा पानी भर रहे सी घड़े विच, ते जदों उहदे विच गड़गड़ दी आवाज हुई पानी भरिया, कोल खड़े किसे दाने ने कह दिता बीबा इहदे विच पाए पानी नूं इहदी आवाज तों मैनूं लगा वी इहदे विच किते तेल आ, ते तू ध्यान रखी ਇਹ ਨਾ ਹੋਵੇ ਜਦੋਂ ਪਾਣੀ ਵਰਤਣ ਦੀ ਲੋੜ ਪਵੇ ਕਿਤੇ ਉਦੋਂ ਤੱਕ ਪਾਣੀ ਖਤਮ ਹੋ ਗਿਆ ਹੋਵੇ। ਧਿਆਨ ਨਾ ਦਿੱਤਾ ਬੀਬਾ ਨੇ। ਪੁਰਾਣੇ ਸਮਿਆਂ ਵਿੱਚ ਜਿਵੇਂ ਰੇਤਾ ਤੇ ਥੋੜਾ ਬਹੁਤਾ ਪਾਣੀ ਛਿੜਕ ਕੇ ਘੜਿਆਂ ਨੂੰ ਰੱਖ ਦਿੱਤਾ ਜਾਂਦਾ ਸੀ, ਘੜਾ ਉੱਤੇ ਰੱਖ ਦਿੱਤਾ, ਘੜੇ ਦੇ ਵਿੱਚੋਂ ਤੁਕਾ ਤੁਕਾ ਕਰਕੇ ਹੌਲੀ ਹੌਲੀ ਪਾਣੀ ਸਿੰਮਦਾ ਰਿਹਾ। ਜਦੋਂ ਲੋੜ ਪਈ ਚੱਪਣ ਚੱਕਿਆ ਕੀ ਦੇਖਿਆ ਪਾਣੀ ਸਾਰੇ ਦਾ ਸਾਰਾ ਸਮਾਪਤ ਹੋਤਾ। ਨਿਰਾਸ਼ਾ ਹੋਈ, ਮੈਂ ਮਿਹਨਤ ਕੀਤੀ ਸੀ, ਘੜਾ ਭਰ ਕੇ ਲਿਆਂਦਾ ਸੀ, ਇਹਦੇ ਵਿੱਚ ਤਾਂ ਕੁਝ ਵੀ ਨਹੀਂ ਬਚਿਆ, ਤੇ ਹੁਣ ਮੈਂ ਆਪਣੀ ਜ਼ਿੰਦਗੀ ਦੀ ਪਿਆਸ ਕਿਵੇਂ ਬੁਝਾਵਾਂ। ਪਾਤਸ਼ਾਹ ਜੀ ਕਹਿੰਦੇ ਸਾਡਾ ਇਹ ਸਰੀਰ ਮਿਲਿਆ ਹੋਇਆ ਮਨੁੱਖਾ ਜਨਮਕ ਘੜਾ ਹੈ, ਸਵਾਸਾਂ ਦਾ ਮਾਲਕ ਨੇ ਪਾਣੀ ਪਾ ਕੇ ਤੋਰਿਆ ਹੈ, ਇਹਦੇ ਵਿੱਚੋਂ ਸਿਮਦਿਆਂ ਸਿਮਦਿਆਂ ਸਵਾਸ ਘਟਦੇ ਜਾ ਰਹੇ ਨੇ। ਅਖੀਰ ਤੇ ਮਨੁੱਖ ਧਿਆਨ ਮਾਰਦਾ ਵੀ ਜਿਸ ਕੰਮ ਲਈ ਆਇਆ ਸੀ ਉਹ ਤਾਂ ਮੈਂ ਕੀਤਾ ਹੀ ਨਹੀਂ। ਪਾਤਸ਼ਾਹ ਜੀ ਕਹਿੰਦੇ ਉਹ ਭਲਿਆ ਤੇਰਾ ਇਹ ਮਿਲਿਆ ਹੋਇਆ ਸਰੀਰ ਇੱਕ ਘੜਾ ਹੈ। ਕਹਿੰਦੇ ਚੇਤਨਾ ਹੈ ਤਾਂ ਚੇਤ ਲੈ, ਨਿਸ ਜਨਮੈ ਪ੍ਰਾਣੀ, ਛਿਨ ਛਿਨ ਔਧ ਬਿਹਾਤ ਹੈ ਬੂਟੇ ਘੜ ਜਿਉਂ ਪਾਣੀ। ਹੁਣ ਪਾਣੀ ਫੁੱਟੇ ਹੋਏ ਘੜੇ ਵਿੱਚੋਂ ਸਿਮਦਾ ਸਿਮਦਾ ਸਿਮ ਜਾਂਦਾ, ਤੇ ਅਖੀਰ ਨੂੰ ਜਦੋਂ ਮਨੁੱਖ ਅਖੀਰਲੇ ਸਵਾਸਾਂ ਤੇ ਪਿਆ ਹੁੰਦਾ ਨਾ, ਉਦੋਂ ਇਹ ਪਛਤਾਵਾ ਰਹਿ ਜਾਂਦਾ ਵੀ ਕਰਨੋ ਹੁਤੋ ਸੋ ਨਾ ਕੀਓ ਪਰਿਓ ਲੋਭ ਕਹਿ ਹੰਧ, ਨਾਨਕ ਸਮਿਓ ਰਾਮ ਗਇਓ ਆਪ ਕਿਉਂ ਰੋਵਤ ਹੰਧ। ਜ਼ਿੰਦਗੀ ਘਟਦੀ ਜਾ ਰਹੀ ਹੈ, ਸਮਾਂ ਲੰਘਦਾ ਜਾ ਰਿਹਾ, ਕਿਤੇ 2018 ਆਇਆ ਚੱਲਿਆ ਗਿਆ, 19 ਆਇਆ ਇਹਨੇ ਵੀ ਚੱਲਿਆ ਜਾਣਾ। ਗੁਰੂ ਪਾਤਸ਼ਾਹ ਜੀ ਕਹਿੰਦੇ ਤੇਰੀ ਜ਼ਿੰਦਗੀ ਦੀ ਨਦੀ ਵਹਿੰਦੀ ਜਾ ਰਹੀ ਹੈ, ਬੰਦਿਆ ਤੂੰ ਧਿਆਨ ਨਹੀਂ ਦਿੰਦਾ। ਕਹਿੰਦੇ ਕਿਤੇ ਧਿਆਨ ਮਾਰ ਕੇ ਦੇਖੀ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਉਹ ਬੰਧੈ ਨਿਤ ਪਾਰਚ, ਮਾਧਵੇ ਭਾਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਛਰਣੀ, ਕਰਤ ਬੇਕਾਰ ਦੋ ਕਰ ਝਾਰਤ, ਰਾਮ ਰਤਨ ਨਿਤ ਤਿਲ ਨਹੀਂ ਧਾਰਤ, ਭਰਨ ਪੋਖਣ ਸੰਗ ਔਧ ਬਿਹਾਣੀ, ਜੈ ਜਗਦੀਸ਼ ਕੀ ਗਤ ਨਹੀਂ ਜਾਣੀ। ਕਹਿੰਦੇ ਮਾਲਕ ਨੂੰ ਚੇਤੇ ਨਹੀਂ ਕੀਤਾ ਸੀ, ਧਿਆਨ ਨਹੀਂ ਰੱਖਿਆ, ਸਮਾਂ ਲੰਘਦਾ ਗਿਆ। ਮਾਲਕ ਤਾਂ ਸਾਨੂੰ ਚਾਹੁੰਦਾ ਸੀ ਅਸੀਂ ਸਾਹ ਸਵਾਸ ਕਿਤੇ ਸਫਲੇ ਕਰ ਲੈਂਦੇ, ਗੁਰੂ ਪੁਕਾਰ ਪੁਕਾਰ ਕੇ ਸਾਨੂੰ ਸਮਝਾਉਂਦਾ ਰਿਹਾ। ਕਿਤੇ ਪਾਤਸ਼ਾਹ ਜੀ ਨੇ ਕਿਹਾ ਵੀ ਬੰਦਿਆ ਤੂੰ ਆਪਣੇ ਮਹੀਨਿਆਂ ਨੂੰ ਸਫਲ ਕਰੀ, 12 ਬਾਣੀ ਉਚਾਰਨ ਕੀਤੀ ਤੇ ਉਹਦੇ ਵਿੱਚ ਸ਼ੁਰੂਆਤ ਹੀ ਇੱਥੋਂ ਕੀਤੀ। ਪਹਿਲੇ ਮਹੀਨੇ ਰਾਹੀਂ ਕਿਹਾ ਵੀ ਚੇਤ ਗੋਬਿੰਦ ਅਰਾਧੀਆ ਹੋਵੇ ਆਨੰਦ ਘਣਾ, ਵੈਸਾਖ ਧੀਨ ਪਿਓ ਵਾਢੀਆ, ਜਿੰਨਾ ਪ੍ਰੇਮ ਵਿਸ਼ੋ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਧੋਵੋ। ਜੇਠ ਦੇ ਮਹੀਨੇ ਰਾਹੀਂ ਵੀ ਉਹਦੇ ਨਾਲ ਹੀ ਜੁੜਨ ਦਾ ਉਪਦੇਸ਼ ਦਿੱਤਾ, ਹਰ ਜੇਠ ਜੁੜਨ ਦਾ ਲੋੜੀ ਆ ਜਿਸ ਅੱਗੇ ਸਭ ਨਿਵਾਨ, ਤੇ ਹਾੜ ਦੇ ਮਹੀਨੇ ਰਾਹੀਂ ਵੀ ਜੁੜਨ ਦਾ ਹੀ ਉਪਦੇਸ਼ ਦਿੱਤਾ। ਕਹਿੰਦੇ ਮਨੁੱਖ ਨੂੰ ਆਸਾ ਤ੍ਰਿਸ਼ਨਾ ਤੇ ਇਸ ਤਰ੍ਹਾਂ ਦੀ ਗਰਮੀ ਹੈ ਜਿਹੜੀ ਉਦੋਂ ਹੀ ਵਿਆਪਤੀ ਜਦੋਂ ਰੱਬ ਭੁੱਲ ਜਾਂਦਾ। ਕਹਿੰਦੇ ਅਸਾੜਤ ਪੰਦਾ ਤਿਸ ਲੱਗਿਆ ਹਰ ਨਾਵੋ ਨਾ ਜਿੰਨਾ ਪਾਸ, ਸੌਣ ਦੇ ਮਹੀਨੇ ਭਾਵੇਂ ਸਾਰੀ ਬਨਸਪਤੀ ਮੌਲ ਜਾਂਦੀ ਹੈ ਪਰ ਜਿਨ੍ਹਾਂ ਨੇ ਰੱਬ ਨੂੰ ਭੁਲਾ ਦਿੱਤਾ ਉਹਨਾਂ ਦਾ ਅੰਦਰ ਸੜਿਆ ਤੇ ਜੈ ਜਿੰਦਾ, ਸਾਵਣ ਸਾਸੀ ਕਾਮਣੀ ਚਰਨ ਕਮਲ ਸਿਉ ਪਿਆਰ। ਕਹਿੰਦੇ ਇਸੇ ਤਰ੍ਹਾਂ ਸਾਰਿਆਂ ਮਹੀਨਿਆਂ ਦਾ ਉਪਦੇਸ਼ ਦਿੱਤਾ
ਤੇ ਜੇ ਜਗਿਆਸੂ ਨੇ ਕਿਹਾ ਵੀ ਬਾਪੂ ਜੀ ਥੋੜਾ ਜਿਹਾ ਲਿਹਾਜ ਨੀ ਹੋ ਸਕਦਾ, ਮਹੀਨਾ ਤਾਂ ਔਖਾ ਕੰਮ ਆ, ਤੇ ਪਾਤਸ਼ਾਹ ਜੀ ਨੇ ਸਾਡੇ ਵਾਸਤੇ ਨਾ 7 ਵਾਰ ਵੀ ਉਚਾਰਨ ਕੀਤੇ, ਕਿਤੇ ਦਿਨ ਰਹਿਣ ਬਾਣੀ ਵੀ ਉਚਾਰਨ ਕੀਤੀ। ਪਾਤਸ਼ਾਹ ਜੀ ਕਹਿੰਦੇ ਮੈਂ ਤਾਂ ਪੁੱਤ ਚਾਹੁੰਦਾ ਸੀ ਵੀ ਤੂੰ ਸਮੇਂ ਨੂੰ ਸਫਲਾ ਕਰਦਾ, ਮੈਂ ਤਾਂ ਇਹ ਇੱਛਾ ਰੱਖੀ ਸੀ ਤੇਰੇ ਤੋਂ ਵੀ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਤੇ ਤੂੰ ਤਾਂ ਇੱਕਦਮ ਵੀ ਨੀ ਸੰਭਾਲ ਰਿਹਾ ਭਲਿਆ। ਜਦੋਂ ਮੈਂ ਤੇਰੀ ਜ਼ਿੰਦਗੀ ਵੱਲ ਧਿਆਨ ਮਾਰਦਾ ਨਾ, ਤੇਰੀ ਜ਼ਿੰਦਗੀ ਦਾ ਹਿਸਾਬ ਕਿਤਾਬ ਦੇਖਦਾ, ਕਹਿੰਦੇ ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੋਭਤ, ਤੀਜਾ ਭਈਆ ਭਾਬੀ ਦੇਵ, ਚੌਥਾ ਪਿਆਰ ਉਪਰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛਿਆ ਜਾਤ, ਸੱਤਵੇਂ ਸੰਝ ਕੀਆ ਘਰਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨਾਵੇਂ ਧੌਲੇ ਉੱਭੇ ਸਾਹ, ਦਸਵੇਂ ਦੱਤਾ ਹੋਆ ਸੁਆਹ, ਗਏ ਸੰਗੀਤ ਪੁਕਾਰੀ ਧਾ, ਉੱਡਿਆ ਹੰਸ ਦਸਾਇਰਾ, ਆਇਆ ਗਿਆ ਮੁਇਆ ਨਾਉ, ਪਿੱਛੇ ਪੱਤਰ ਸਦਿਓ ਕਾਮ, ਨਾਨਕ ਮਨਮੁਖ ਅੰਧ ਪਿਆਰ, ਵਾਹਿਗੁਰੂ ਡੁੱਬਾ ਸੰਸਾਰ। ਜਦੋਂ ਕਹਿੰਦੇ ਤੇਰੀ ਉਮਰ ਵੱਲ ਦੇਖਦਾ ਪਾਤਸ਼ਾਹ ਜੀ, ਕਹਿੰਦੇ ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਦੇਵ, ਚੌਥੇ ਪਿਆਰ ਉਥਰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸੱਤਵੇਂ ਸੰਜ ਕੀਆ ਘਰਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨਾਵੇਂ ਧੌਲੇ ਉੱਭੇ ਸਾਹ, ਦਸਵੇਂ ਦੱਦਾ ਹੋਆ ਸੁਆ, ਗਏ ਸੰਗੀਤ ਪੁਕਾਰੀ ਧਾ, ਉੱਡਿਆ ਹੰਸ ਦਸਾਇਆ। ਸਾਰੀ ਜ਼ਿੰਦਗੀ ਦੇ ਵਿੱਚ ਅਸੀਂ ਹੋਰ ਗੱਲਾਂ ਦਾ ਹਿਸਾਬ ਲਾਉਂਦੇ ਰਹਿੰਦੇ ਹਾਂ, ਪਰ ਕਦੇ ਆਪਣੇ ਜਨਮ ਨੂੰ ਸਫਲ ਕਰਨ ਦੀ ਗੱਲ ਨਹੀਂ ਕਰਦੇ। ਸਮਾਂ ਕਿਸੇ ਦਾ ਲਿਹਾਜ ਨਹੀਂ ਕਰਦਾ, ਸਮਾਂ ਆਪਣੀ ਤੋਰ ਨਾਲ ਤੁਰਦਾ ਰਹਿੰਦਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਨੇ ਸਮੇਂ ਦੇ ਸੰਬੰਧ ਵਿੱਚ ਇੱਕ ਕਵਿਤਾ ਲਿਖੀ ਹੈ, ਬਹੁਤਿਆਂ ਸੱਜਣਾਂ ਨੂੰ ਯਾਦ ਹੋਏਗੀ, ਕਿਉਂਕਿ ਇਹ ਐਜੂਕੇਸ਼ਨ ਬੋਰਡ ਵੱਲੋਂ ਜਿਹੜੇ ਇੰਡੀਆ ਤੋਂ ਪੜ੍ਹ ਕੇ ਆਏ ਨੇ, ਸਿਲੇਬਸ ਵਿੱਚ ਪੜ੍ਹਾਈ ਜਾਂਦੀ ਰਹੀ 10ਵੀਂ ਤੱਕ। ਭਾਈ ਸਾਹਿਬ ਜੀ ਕਹਿੰਦੇ ਮਨੁੱਖ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਸਮਾਂ ਨਹੀਂ ਲਿਹਾਜ ਕਰਦਾ। ਪਹਿਲਾਂ ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਾਂ, ਯੂਨਾਨ ਦੇ ਬੁੱਤ ਘਾੜੇ ਬੜੇ ਪ੍ਰਸਿੱਧ ਹੋਏ ਨੇ। ਕਹਿੰਦੇ ਇੱਕ ਬੁੱਤ ਘਾੜੇ ਨੇ ਇੱਕ ਬੁੱਤ ਬਣਾਇਆ, ਉਹ ਜਿਹੜਾ ਬੁੱਤ ਬਣਾਇਆ ਨਾ, ਉਹਦੇ ਵਿੱਚ ਇੱਕ ਆਦਮੀ ਦਾ ਬੁੱਤ ਬਣਾਇਆ, ਉਹਦਾ ਇੱਕ ਕਦਮ ਪਿੱਛੇ ਆ ਤੇ ਇੱਕ ਅੱਗੇ ਨੂੰ ਕੁੱਟਿਆ ਹੋਇਆ। ਨਾਲ ਦੀ ਨਾਲ ਉਸ ਬੁੱਤ ਦੇ ਹੱਥ ਵਿੱਚ ਇੱਕ ਦਾਤਰ ਪਕੜਾਇਆ ਹੋਇਆ, ਤੀਜਾ ਗਿੱਚੀ ਵਾਲੇ ਪਾਸਿਓਂ ਗੰਜਾ ਬਣਾਇਆ ਹੋਇਆ ਤੇ ਮੱਥੇ ਵਾਲੇ ਪਾਸੇ ਚਾਰ ਕਵਾਲ ਲੇਟਾਂ ਲਮਕਦੀਆਂ ਨੇ। ਲੋਕ ਹੋਰ ਬੁੱਤਾਂ ਨੂੰ ਦੇਖਦੇ ਹੋਏ ਇਸ ਬੁੱਤ ਦੇ ਦੁਆਲੇ ਵੀ ਆਣ ਕੇ ਖੜੇ ਹੋਏ। ਕਾਫੀ ਸਾਰਾ ਇਕੱਠ ਹੋਇਆ, ਆਪਣੇ ਵੱਲੋਂ ਯਤਨ ਕਰਦੇ ਨੇ, ਪਤਾ ਲੱਗੇ ਵੀ ਬੁੱਤ ਬਣਾਉਣ ਵਾਲੇ ਨੇ, ਇਹਦੇ ਵਿੱਚ ਆਪਣੇ ਵੱਲੋਂ ਕੀ ਕਾਰਾਕਾਰੀ ਦਿਖਾਈਏ, ਕਾਹਦਾ ਬੁੱਤ ਆ, ਕਿੱਧਰ ਸੋਣਾ ਚਾਹਿਆ। ਲੋਕ ਕਾਫੀ ਸਾਰੇ ਇਕੱਠੇ ਹੋ ਗਏ, ਕਿਸੇ ਨੇ ਕੁਝ ਕਿਹਾ, ਕਿਸੇ ਨੇ ਕੁਝ ਕਿਹਾ। ਇਹਨੇ ਨੂੰ ਇੱਕ ਦਾਨਾ ਇੱਕ ਦਰਵੇਸ਼ ਕੋਲੇ ਖੜਾ ਸੀ, ਉਹਨੂੰ ਕਹਿੰਦੇ ਬਾਬਾ ਸਾਡਾ ਕੋਈ ਫੈਸਲਾ ਨਹੀਂ ਹੋ ਰਿਹਾ, ਤੂੰ ਦੱਸ ਸਕਦਾ ਵੀ ਇਹ ਬੁੱਤ ਬਣਾਉਣ ਵਾਲੇ ਨੇ ਕਾਹਦਾ ਬੁੱਤ ਬਣਾਇਆ। ਉਹ ਕਹਿੰਦਾ ਵੀ ਹਾਂ ਮੈਨੂੰ ਅੰਦਾਜ਼ਾ ਹੈ ਇਹ ਬੁੱਤ ਉਹਨੇ ਕਾਹਦਾ ਬਣਾਇਆ। ਕਹਿੰਦੇ ਦੱਸ ਬਾਬਾ ਕਾਹਦਾ ਬੁੱਤ ਬਣਾਇਆ। ਉਹ ਕਹਿਣ ਲੱਗਾ ਵੀ ਇਹ ਕਿਸੇ ਬਣਾਉਣ ਵਾਲੇ ਨੇ ਸਮੇਂ ਦਾ ਬੁੱਤ ਬਣਾਇਆ। ਕਹਿੰਦੇ ਬਾਬਾ ਕਿਵੇਂ ਸਮਝਾ ਖਾਂ। ਉਹ ਕਹਿੰਦਾ ਵੀ ਇਹਦਾ ਇੱਕ ਕਦਮ ਪਿੱਛੇ ਹੈ, ਇੱਕ ਅੱਗੇ ਨੂੰ ਟੁੱਟਿਆ ਹੋਇਆ, ਸਮਾਂ ਹਮੇਸ਼ਾ ਵਾਸਤੇ ਚੱਲਦਾ ਰਹਿੰਦਾ, ਚੱਲਦੇ ਹੋਏ ਬੰਦੇ ਦਾ ਬੁੱਤ ਹੈ। ਉਹ ਕਹਿੰਦੇ ਵੀ ਨਾਲ ਹੱਥ ਵਿੱਚ ਦਾਤਰ ਜਿਹਾ ਕੀ ਪਕੜਿਆ। ਕਹਿੰਦੇ ਜੇ ਕੋਈ ਮਨੁੱਖ ਇਹਦੇ ਰਸਤੇ ਵਿੱਚ ਰੁਕਾਵਟ ਪਾਉਣ ਦਾ ਯਤਨ ਕਰੇ, ਉਹਨੂੰ ਚੀਰ ਕੇ ਤੇ ਕੱਟ ਕੇ ਅੱਗੇ ਲੰਘ ਜਾਂਦਾ, ਕਦੇ ਰੁਕਦਾ ਨਹੀਂ, ਚੱਲਦਾ ਹੀ ਰਹਿੰਦਾ ਹੈ। ਤੀਜਾ ਕਹਿੰਦੇ ਵੀ ਇਹ ਲਿਟਾਂ ਦੀਆਂ ਮੱਥੇ ਤੇ ਮਗਰੋਂ ਗਿੱਚੀ ਵਾਲੇ ਪਾਸੇ ਘੋਨਾ ਮੋਨਾ, ਇਹ ਕੀ ਕਹਾਣੀ। ਉਹ ਕਹਿੰਦੇ ਵੀ ਜੇ ਕੋਈ ਪਹਿਲਾਂ ਇਹਨੂੰ ਸੰਭਾਲਣ ਦਾ ਯਤਨ ਕਰੇ ਫਿਰ ਤਾਂ ਕੋਈ ਕਾਮਯਾਬ ਹੋ ਸਕਦਾ, ਜੇ ਮਗਰਲੇ ਪਾਸੇ ਹੱਥ ਪਾਵੇ ਹੱਥ ਅੜਦਾ ਕਿਤੇ ਨਹੀਂ, ਕਿਉਂਕਿ ਘੋਨਾ ਮੋਨਾ ਵੀ ਹੈ ਨਾਲ ਦੀ ਨਾਲ, ਇਹ ਚੱਲਦਾ ਰਹਿੰਦਾ, ਇਹ ਰੁਕਦਾ ਕਦੇ ਨਹੀਂ। ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਨੇ ਰਹੀ ਪਾਸ ਤੇ ਘੱਟ ਸਮੇਂ ਨੇ ਇੱਕ ਨਾ ਮੰਨੀ, ਤਿੱਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ, ਕਿਵੇਂ ਨਾ ਸੱਚੀ ਰੋਕ ਅੱਠ ਜੋ ਪਾਈ ਭੰਨੀ, ਹੋ ਅਜੇ ਸੰਭਾਲ ਇਸ ਸਮੇਂ ਨੂੰ, ਇਹ ਠਹਿਰ ਨਾ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਕਹਿੰਦੇ ਇਹ ਲੱਗੇ ਹੋਏ ਨੇ ਕਦੇ ਵਾਪਸ ਨਹੀਂ ਆਉਣਾ, ਜਦੋਂ ਗੁਰੂ ਦਰ ਤੇ ਆਏ ਨਾ ਤੇ ਗੁਰੂ ਪਾਤਸ਼ਾਹ ਜੀ ਸਾਨੂੰ ਸਿੱਖਿਆ ਦਿੰਦੇ ਨੇ। ਕਹਿੰਦੇ ਵੀ
ਇਹ ਸਮਾਂ ਅੰਤਾਂ ਦਾ ਕੀਮਤੀ ਹੈ। ਅਸੀਂ ਇਹਦੀ ਸੰਭਾਲ ਨਹੀਂ ਕਰਦੇ, ਸਮੇਂ ਦੀ ਕਦਰ ਨਹੀਂ ਕਰਦੇ, ਪਰ ਸਮਾਂ ਆਪਣੀ ਚਾਲ ਨਾਲ ਚੱਲਦਾ ਰਹਿੰਦਾ। ਜਦੋਂ ਗੁਰੂ ਦੇ ਦਰ ਤੇ ਆਏ, ਪਾਤਸ਼ਾਹ ਦੀ ਕਿਰਪਾ ਕਰੋ, ਦੱਸੋ ਸਾਡਾ ਸਮਾਂ ਸ਼ੋਭ ਨਹੀਂ ਕਿਵੇਂ ਹੋਵੇ, ਆਉਣ ਵਾਲਾ ਸਮਾਂ ਸਾਡੇ ਵਾਸਤੇ ਚੰਗਾ ਕਿਵੇਂ ਹੋਵੇ। ਤੇ ਗੁਰੂ ਪਾਤਸ਼ਾਹ ਜੀ ਨੇ ਇੱਕ ਗੱਲ ਸਮਝਾਈ ਵੀ ਮਨੁੱਖ ਦੇ ਕੀਤੇ ਹੋਏ ਕੰਮ ਉਹਦੀ ਤਕਦੀਰ ਬਣ ਜਾਂਦੇ ਨੇ। ਸਿੱਖਾਂ ਤੇਰੇ ਜੀਵਨ ਦਾ ਹਰ ਇੱਕ ਕਾਰਜ ਗੁਰੂ ਨੂੰ ਪੁੱਛ ਕੇ ਹੋਣਾ ਚਾਹੀਦਾ। ਗੁਰ ਕੀ ਮਤ ਤੂੰ ਲਿਹੇ ਧਿਆਨੇ, ਭਗਤ ਬਿਨਾਂ ਬਹੁ ਡੁੱਬੇ ਸਿਆਣੇ। ਤੂੰ ਗੁਰੂ ਨੂੰ ਪੁੱਛੀ, ਗੁਰੂ ਨੂੰ ਪੁੱਛ ਕੇ ਜਦੋਂ ਜੋਦੜੀ ਕਰੇਗਾ, ਗੁਰੂ ਮੇਹਰਾਂ ਦਾ ਦਾਤਾ ਹੈ, ਰਹਿਮਤਾਂ ਕਰ ਦਿੰਦਾ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਮਨੁੱਖ ਨੂੰ ਜਦੋਂ ਕਿਤੇ ਕੋਈ ਦੁੱਖ ਮਿਲੇ, ਕੋਈ ਤਕਲੀਫ ਮਿਲੇ ਨਾ, ਅਕਸਰ ਸਾਡਾ ਸਾਰਿਆਂ ਦਾ ਜਵਾਬ ਹੁੰਦਾ, ਮੈਂ ਕਿਸੇ ਦਾ ਮਾੜਾ ਨਹੀਂ ਕੀਤਾ ਅੱਜ ਤਾਈਂ, ਆਪਣੇ ਵੱਲੋਂ ਮੇਰਾ ਯਤਨ ਹੁੰਦਾ, ਮੈਂ ਭਲਾ ਹੀ ਕਰਦਾ। ਸਾਰੇ ਹੀ ਕਹਿੰਦੇ ਹਨ, ਮਾੜੇ ਤੋਂ ਮਾੜਾ ਬੰਦਾ ਵੀ ਇਹੀ ਗੱਲ ਕਹਿੰਦਾ। ਪਰ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਵੀ ਉਹ ਰੱਬ ਕਿਸੇ ਨੂੰ ਦੁੱਖ ਨਹੀਂ ਦਿੰਦਾ, ਦਰਅਸਲ ਬੰਦਿਆ ਤੇਰੇ ਕੀਤੇ ਹੋਏ ਕਰਮ ਤੈਨੂੰ ਦੁੱਖ ਦਿੰਦੇ ਨੇ। ਦੁੱਖ ਸੁੱਖ ਪੁਰਬ ਜਨਮ ਕੇ ਕੀਏ, ਸੋ ਜਾਣੇ ਜਿਨ ਦਾਤਾ ਦੀਏ, ਕਿਸ ਨੂੰ ਦੋਸ਼ ਦੇ ਤੂੰ ਪ੍ਰਾਣੀ ਸਹੁ ਆਪਣਾ ਕੀਆ ਕਰਾਰਾ ਹੈ, ਤੇਰੇ ਕੀਤੇ ਕੰਮ ਨੇ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਕਹਿੰਦੇ ਮਾਲਕ ਨੇ ਸਭ ਕੁਝ ਇਹਦੇ ਵਾਸਤੇ ਚੰਗਾ ਬਣਾਇਆ, ਇਹਨੇ ਅਕਲ ਨੂੰ ਵਰਤ ਕੇ ਕਈ ਵਾਰੀ ਐਸੇ ਕੰਮ ਕੀਤੇ ਜਦੋਂ ਦੁੱਖ ਮਿਲਦਾ ਮਨੁੱਖ ਕਰਵਾਉਂਦਾ ਬਹੁਤ ਆ। ਕਹਿੰਦੇ ਰੱਬ ਨੇ ਬੰਦੇ ਦੇ ਖਾਣ ਵਾਸਤੇ ਬੜੇ ਸਵਾਦੀ ਅੰਗੂਰ ਬਣਾਏ, ਪਰ 84 ਦੇ ਚੌਧਰੀ ਨੇ ਆਪਣੀ ਅਕਲ ਵਰਤੀ, ਐਸਾ ਕੰਮ ਕੀਤਾ, ਕਹਿੰਦੇ ਵੀ ਉਹਨਾਂ ਅੰਗੂਰਾਂ ਨੂੰ ਤੋੜਿਆ ਤੇ ਇੱਕ ਮੱਟ ਦੇ ਵਿੱਚ ਪਾ ਲਿਆ। ਜਦੋਂ ਮੱਟ ਦੇ ਵਿੱਚ ਪਾ ਲਿਆ, ਨਾਲ ਦੀ ਨਾਲ ਉਹਨੂੰ ਸਿੱਕਾ ਦਿੱਤਾ, ਕਹਿੰਦੇ ਉਹਦੀ ਬਣਾ ਲਈ ਸ਼ਰਾਬ। ਸ਼ਰਾਬ ਬਣਾ ਕੇ ਧੁੱਤ ਹੋ ਗਿਆ, ਕਹਿੰਦੇ ਇੱਕ ਦੂਜੇ ਨੂੰ ਗਾਲੀ ਗਲੋਚ ਕੀਤੀ, ਪਹਿਲਾਂ ਡੱਟ ਖੁੱਲੇ ਫਿਰ ਮੱਟ ਖੁੱਲੇ, ਤੇ ਕਈ ਵਾਰੀ ਕਹਾਣੀ ਪਤਾ ਨਹੀਂ ਕਦੋਂ ਤੱਕ ਪਹੁੰਚ ਜਾਂਦੀ ਆ। ਤੇ ਜਦੋਂ ਕਿਤੇ ਮਨੁੱਖ ਨੂੰ ਤਕਲੀਫ ਹੁੰਦੀ ਆ, ਕੋਈ ਸੱਟ ਫੇਟ ਮਾਰੀ ਜਾਂ ਕਚਹਿਰੀਆਂ ਤੱਕ ਵੀ ਗੱਲ ਪਹੁੰਚਦੀ ਆ ਕਈ ਵਾਰੀ, ਤੇ ਉਦੋਂ ਕਹਿੰਦਾ ਵੀ ਕੋਈ ਰੱਬ ਨੇ ਇੱਦਾਂ ਹੀ ਕਿਸਮਤ ਉੱਤੇ ਲਿਖਿਆ ਸੀ, ਰੱਬ ਕਿਸੇ ਦਾ ਮਾੜਾ ਨਹੀਂ ਲਿਖਦਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ, ਦਾਖਾਂ ਅਤੇ ਅੰਗੂਰੀ ਸ਼ੀਸ਼ੇ ਕੁਦਰਤ ਆਪ ਬਣਾਏ, ਮਿੱਠੇ ਤੇ ਸਵਾਦੀ ਰਸ ਭਰ ਭਰ ਵੇਲਾਂ ਗਲ ਲਟਕਾਏ, ਤੂੰ ਉਹ ਤੋੜ ਮੱਟ ਵਿੱਚ ਪਾਏ, ਰੱਖ ਰੱਖ ਕੇ ਤਰਕਾਏ, ਦੁੱਖ ਦੇਵੇ ਦਾਰੂ ਉਸ ਵਿੱਚੋਂ ਤੂੰ ਹਨ ਆਪ ਚੁਆਏ। ਕਹਿੰਦੇ ਦਰਅਸਲ ਤੇਰੀ ਆਪਣੀ ਕੀਤੀ ਹੋਈ ਕਰਤੂਤ ਸੀ, ਉਹ ਮਾਲਕ ਨਹੀਂ ਕਿਸੇ ਨੂੰ ਵੀ ਦੁੱਖ ਦਿੰਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਸੁਖਮਨੀ ਸਾਹਿਬ ਅੰਦਰ ਕਹਿੰਦੇ ਨੇ, ਕਹਿੰਦੇ ਜਦੋਂ ਦੁੱਖ ਮਿਲਿਆ ਮਨੁੱਖ ਕੁਰ ਲਾਇਆ, ਪਾਤਸ਼ਾਹ ਜੀ ਕਹਿੰਦੇ ਤੇਰੇ ਕੀਤੇ ਆਪਣੇ ਕੰਮ ਨੇ, ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਆ ਤੇ ਆ ਬੀਜਿਆ। ਅਸੀਂ ਜਾਪੀ ਸਾਹਿਬ ਪੜ੍ਹਦੇ ਹਾਂ, ਉਹਦੇ ਵਿੱਚ ਵੀ ਪਾਤਸ਼ਾਹ ਜੀ ਨੇ ਸਾਨੂੰ ਸੁਚੇਤ ਕੀਤਾ, ਜੇ ਚਾਹੁੰਦੇ ਹਾਂ ਸੁੱਖ, ਜੇ ਚਾਹੁੰਦੇ ਹਾਂ ਜੀਵਨ ਵਿੱਚ ਆਨੰਦ, ਕਿਸੇ ਵੀ ਇੱਕ ਦਿਨ ਕਿਸੇ ਗਿਆਨੀ ਕੋਲੋਂ, ਕਿਸੇ ਭਾਈ ਕੋਲੋਂ ਗੱਲ ਸੁਣ ਕੇ ਨਹੀਂ ਗੱਲ ਬਣਨੀ, ਗੁਰੂ ਦੇ ਕਹੇ ਮੁਤਾਬਕ ਨਿੱਤ ਦਾ ਜੀਵਨ ਜਿਉਣਾ ਪਏਗਾ। ਜੇ ਕੋਈ ਇੱਦਾਂ ਦਾ ਲਾਰਾ ਲਾਉਂਦਾ ਨਾ, ਉਹ ਵਪਾਰੀ ਹੋ ਸਕਦਾ, ਇਮਾਨਦਾਰ ਨਹੀਂ ਹੋ ਸਕਦਾ। ਗੁਰੂ ਪਾਤਸ਼ਾਹ ਜੀ ਕਹਿੰਦੇ ਤੇਰੇ ਨਿੱਤ ਦੇ ਕਰਮ ਗੁਰੂ ਦੀ ਦੱਸੀ ਮਤ ਮੁਤਾਬਕ ਹੋਣੇ ਚਾਹੀਦੇ ਨੇ, ਕੇਵਲ ਪੁੰਨ ਤੇ ਪਾਪ ਕਹਿਣ ਮਾਤਰ ਨਹੀਂ। ਪਾਤਸ਼ਾਹ ਜੀ ਕਹਿੰਦੇ ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਵੋ, ਆਪੇ ਬੀਜ ਆਪੇ ਹੀ ਖਾਵੋ, ਜੋ ਬੀਜਾਂ ਜੋ ਵੱਢਣਾ ਪਏਗਾ। ਦੱਬਿਆ ਦੋਸ਼ ਨਾ ਦੇਊ ਕਿਸੈ, ਦੋਸ਼ ਕਰਾਵਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਬੀਜਾ ਅਵਰ ਜਾਣਾ, ਜੋ ਬੀਜਾਂ ਜੋ ਵੱਢਣਾ ਪੈਣਾ। ਕੀਤੇ ਕਰਮਾਂ ਮੁਤਾਬਕ ਮਨੁੱਖ ਰੱਬ ਦੇ ਨੇੜੇ ਵੀ ਹੋ ਜਾਂਦਾ ਤੇ ਦੂਰ ਵੀ ਚਲਾ ਜਾਂਦਾ। ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਬਾਬਾ ਫਰੀਦ ਜੀ ਕਹਿੰਦੇ, ਬੰਦਿਆ ਤੂੰ ਇੱਛਾ ਰੱਖਦਾ ਮੈਨੂੰ ਖਾਣ ਵਾਸਤੇ ਮਿੱਠਾ ਮਿਲੇ, ਚੰਗੀ ਗੱਲ ਆ, ਇੱਛਾ ਰੱਖਣੀ ਚਾਹੀਦੀ ਆ। ਪਰ ਕਹਿੰਦੇ ਬੀਜਣ ਵਾਸਤੇ ਕਿੱਕਰਾਂ ਦੇ ਬੀਜ ਨਾ ਨਾ ਚੱਕੀ, ਫਿਰ ਤੈਨੂੰ ਬੀਜਣੇ ਵੀ ਅੰਗੂਰ ਹੀ ਚਾਹੀਦੇ ਨਾ। ਫਰੀਦਾ ਲੋੜੈ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨਤ ਤਾਏ ਦਾ, ਪੈਦਾ ਲੋੜੈ ਪੱਟ, ਜੋ ਬੀਜਾਂ ਅੱਗੇ ਵੱਢਣੇ ਪਏਗਾ। ਕੀਤੇ ਹੋਏ ਕੰਮ ਤਕਦੀਰ ਬਣਦੇ ਨੇ, ਜਿਹੜਾ ਬੀਜ ਬੀਜ ਦਿੱਤਾ ਉਹਨੂੰ ਫਲ ਲਾਜ਼ਮੀ ਲੱਗਦਾ ਹੈ, ਇਹ ਗੱਲ ਅਲੱਗ। ਕਈ ਬੀਜ ਬੀਜਦੇ ਆ, ਉਹਨਾਂ ਨੂੰ ਫਲ 2.5-3 ਮਹੀਨਿਆਂ ਬਾਅਦ ਵੀ ਲੱਗਦਾ ਹੈ।
कोई ऐसे बरछ बूटे ने 6 महीने कोई 2 साल इमली का दरख्त है जिन्होंने 25-30 साल बाद कहते सियाने पर लगता है पर लगता लाजमी है। इस तरह हर एक कीता कर्म साड़ी तकदीर बनता है ते सानू तो 10 मिनटां का भी चेता नहीं रहिंदा गल करके उहदी भुल जांदे आ ते इह कहानी तो जन्मा जन्मांतरां दी तुली होंदी आ। किसे समय ना द्रौपदी ने भगवान दे कोले गिला कीता कहिंदी महाराज मैं किसे दा माड़ा नहीं कीता आपां सारे कहिंदे हुंदे ना पहिलां गल कीती वी असीं नहीं किसे दा माड़ा कीता मैं भला ही करदा मैं उह करदा। भगवान जी कहिंदे द्रौपदा किते हुए काम मनुख की तकदीर बनते ने बंदा करके भुल जाता कहते मैं नहीं माड़ा किया अपनी समझ तो कहते भी समझ सुझ अपनी बहुत ही दूर तक नहीं ना जाती कहते नहीं फिर कृपा करके दसो मैं तो माड़ा किया ही किसी का नहीं वह समझाने लगे कहते द्रौपदा तू महल बनाए दिल्ली का पुराना हस्तनापुर सी पहला राजधानी भी आगरा रही लंबा समा दिल्ली राजधानी बहुत समा बाद बनी जिथे आईटीओ ऑफिस तो रिंग रोड वाले पास अंदर एंटर होने ना इस थान से द्रौपदा ने महल बनाया अपना काफी लंबे समय तक वो महल निशानी वजो रहे कहते जो तू महल बनाया ना कहते चंगा खर्च खेचल किया मुहूर्त वास्ते आप रिश्तेदार बुलाने तो अपने रिश्तेदार बुलाया कैरव के पांडव चाचे ताए के पुत भरा सी कहते उत्थे कैरवान भी बुलाया गया मिस्त्रियों ने इन्ना वधिया काम किया होया सी जिवें घर दे विच आपां ना कई वारी अलमारियां बनिया हुंदियां क्लोज बने हुंदे ने वह पता नहीं लगता भी इहदे विच इह अलमारी आ जां बाथरूम नूं रस्ता जांदा चंगा आर्ट दिखाया हुंदा शीशे का काम भी कई वारी इदां कीता हुंदा कहिंदे घर दी जिहड़ी मेन एंट्री सी ना उत्थे इदां लगदा सी जिवें कंध कड्ढी होवे ते जिथे कंध सी उत्थे इदां लगदा सी जिवें दरवाजा लगा होवे कहते बेचारे बड़न लगे एकदम बेध्यानी जो बड़े वो थोड़ा जा मुगालता उन्होंने खाधा भुलेखा लग्या तो कहते तू महिला से खड़ी देख रही सी भी असी इन्ना पैसा लाया भला आने वाले किन्ने क हैरान हो गए वो पहला बढ़द्या कहते उन्होंने पता ना लग्या तू उदो भी मुस्कुराई अगे कहते अंदर बढ़द्या बाहर तो जो अंदर तो आ गए अंदर कहते भी जो रस्ता जाता सी ना महिला वो रास्ते ते रंग इदां दा बिखेरिया होया सी इदां लगदा सी जिवें पानी होवे साइडां ते दो पासे कहिंदे टोए बना के तलाब वांगू पानी सी ते उहदे उत्ते रंग खलारिया सी इदां लगदा सी जिवें घाह होवे कहिंदे उह जल्दी नाल सोचिया वी अगे चले जाईए ते विचारे टोयां दे विच डिगे ते उहदे नाल उहनां दे कपड़े वी भिज गए कहिंदे द्रौपदा तू उत्ते खड़ी देख रही सी वी लोक हैरान होणगे कि नहीं जिवें साडा सुभाअ हुंदा बीबियां ने किसी ने 10,000 का भावें सूट पाया हो जे 5-4 बीबिया पूछण ना भी भैने किने दा आया तो मुल नहीं ना मुड़ता पैसे जिन्हें मर्जी लगे हो 5-7 पुछ ना लैन कहते तू पैसे लाए सी काफी महिला तू सोचा भी लोग हैरान होणगे ते नाले पूछणगे भी द्रौपदी आ तां कमाल कीती पई आ कहते वो बेचारे टोयां ते डिग पए तू महिला ते खड़ी ने जबान नाल एक बीज बीजा उन्हां दा पिता काणा सी कहिंदे तुसीं जबान नाल एक बीज बीजा भी अन्नियां दे अन्नी रहे ना तू उन्हां दी बेपती घर दे 20-30-50 रिश्तेदारां च कीती एक बीज बीजा जबान नाल असीं बीज अखां नाल भी जबान नाल भी रसना नाल भी हथां नाल भी बीजदे हां हर कीती किरत मनुख दी तकदीर बणदी है कहिंदे द्रौपदा तू अपनी जबान दे नाल एक बीज बीजा भी अन्या दे अन्नी रहे ना उन्हां दी बेपती कीती एक बीजा बीज एडा वड्डा बूटा बन गया कहिंदे भी तेरी बेपती सारी दुनिया दे लोकां विच होई वो अगों कहिंदी भी जे मैं किसी दी बेपती इदां नाल कीती सी ओह बीज इदां नाल बन गया इज्जत किवें रहेगी ओह कहिंदे ओह भी समझाउंदे आ ये पहला जिहड़ी आपां गल सांझी कीती इहनूं भाई साहिब भाई गुरदास जी ने अपनी 12 विच अंकित कीता कहिंदे अंदर सभा दुशासन है मथे वाल द्रौपदी आंदी मथना हुंदा इदां फड़ के हलाउणा अंदर सभा दुशासन है मथे वाल द्रौपदी आंदी दूतां नूं फरमाया नंगी करो कचाली बांदी पंजे पांडव देखदे औकट रुदी नार जिन्हां दी अखी मीट ध्यान धर हा हा कृष्ण करे बिल्लां दी कपड़ कोट उसारिया ना थके दूत ना पार वसांदी
ਹੱਥ ਮਰੋੜ ਨਾ ਸਿਰ ਧੋਣਾ ਪਛੋਤਾਣ ਕਰਨ ਜਾਹੇ ਜਾਂਦੀ ਘਰ ਆਈ ਠਾਕੁਰ ਮਿਲੇ ਪੈਜ ਰਹੀ ਬੋਲੇ ਸ਼ਰਮਾਂਦੀ ਨਾਥ ਅਨਾਥਾਂ ਬਾਣ ਭਰਾਂ ਦੀ ਨਾਲ ਪੁੱਛਦੀ ਹੈ ਕਿ ਫਿਰ ਇੱਜ਼ਤ ਕਿਵੇਂ ਰਹਿ ਗਈ ਕਿਉਂਕਿ ਕੱਪੜੇ ਲਾਉਂਦੇ ਲਾਉਂਦੇ ਆਪਣਾ ਤਾਣ ਲਾਉਂਦੇ ਰਹੇ ਅਗਲੇ ਸਿਪਾਹੀਆਂ ਨੇ ਸਾਰਾ ਜ਼ੋਰ ਲਾ ਲਿਆ ਪਰ ਕਹਿੰਦੇ ਉਹਨੂੰ ਨਗਨ ਨਾ ਕਰ ਸਕੇ ਹੁਣ ਦ੍ਰੋਪਦੀ ਪੁੱਛਦੀ ਮਹਾਰਾਜ ਜੀ ਫਿਰ ਕਿਰਪਾ ਕਰਕੇ ਇਉਂ ਦੱਸੋ ਵੀ ਮੇਰੀ ਇੱਜ਼ਤ ਕਿਵੇਂ ਰਹਿ ਗਈ ਉਹ ਕਹਿੰਦੇ ਦ੍ਰੋਪਤਾ ਭਾਈ ਇਹ ਵੀ ਤੇਰਾ ਕੀਤਾ ਆਪਣਾ ਕਰਮੀ ਸੀ ਤੇਰਾ ਬੀਜਿਆ ਹੋਇਆ ਬੀਜ ਸੀ ਉਹ ਦੱਸਣ ਲੱਗੇ ਕਹਿੰਦੇ ਵੀ ਇੱਕ ਦਿਨ ਤੂੰ ਆਪਣੀਆਂ ਸਹੇਲੀਆਂ ਨੂੰ ਨਾਲ ਲੈ ਕੇ ਜਮਨਾ ਦੇ ਵਿੱਚ ਨਹਾਉਣ ਵਾਸਤੇ ਗਈ ਉੱਥੇ ਅੱਗੋਂ ਇੱਕ ਰਿਸ਼ੀ ਕਹਿੰਦੇ ਜਮਨਾ ਦੇ ਵਿੱਚ ਇਸ਼ਨਾਨ ਕਰ ਰਿਹਾ ਸੀ ਤੂੰ ਉਹਨਾਂ ਨੂੰ ਕਿਹਾ ਵੀ ਅਸੀਂ ਸਹੇਲੀਆਂ ਨੇ ਇਸ਼ਨਾਨ ਕਰਨਾ ਰਿਸ਼ੀ ਤੁਸੀਂ ਬਾਹਰ ਆਓ ਤੋ ਰਿਸ਼ੀ ਅੱਗੋਂ ਕਹਿਣ ਲੱਗਾ ਬੀਬਾ ਮੈਂ ਨਹਾ ਰਿਹਾ ਸੀ ਲੰਗੋਟੀ ਬੰਨ੍ਹ ਕੇ ਤੇ ਅਚਾਨਕ ਮੇਰੇ ਤਨ ਦਾ ਕੱਪੜਾ ਪਾਣੀ ਵਿੱਚ ਅੱਗੇ ਰਹਿ ਗਿਆ ਤੁਸੀਂ ਮੇਰੀ ਮਦਦ ਕਰੋ ਥੋੜਾ ਬਹੁਤਾ ਕੱਪੜਾ ਇੱਥੋਂ ਸਿੱਟੋ ਤੇ ਮੈਂ ਆਪਣੇ ਤਨ ਨੂੰ ਲਪੇਟ ਕੇ ਆਪਣਾ ਨੰਗੇਜ ਜਿਹੜਾ ਢੱਕ ਕੇ ਤੇ ਬਾਹਰ ਆ ਜਾਵਾਂ ਕਹਿੰਦੇ ਤੂੰ ਆਪਣੇ ਵੱਲੋਂ ਆਪਣੀ ਸਾੜੀ ਪਾੜ ਕੇ ਕੁਝ ਕੱਪੜਾ ਕਹਿੰਦੇ ਉਸ ਰਿਸ਼ੀ ਨੂੰ ਨੰਗੇਜ ਢੱਕਣ ਵਾਸਤੇ ਸੁੱਟਿਆ ਕਹਿੰਦੇ ਜਦੋਂ ਤੂੰ ਕੱਪੜਾ ਚਲਾ ਕੇ ਮਾਰਿਆ ਨਾ ਵਗਾ ਕੇ ਮਾਰਿਆ ਕਹਿੰਦੇ ਉਹ ਕੱਪੜਾ ਹਵਾ ਦੇ ਨਾਲ ਅੱਗੇ ਵਹਿਣ ਦੇ ਵਿੱਚ ਰੁੜ ਗਿਆ ਉਸ ਰਿਸ਼ੀ ਦੇ ਹੱਥ ਨਾ ਆਇਆ ਉਹਨੇ ਦੁਬਾਰਾ ਫਿਰ ਮੰਗ ਕੀਤੀ ਤੂੰ ਦੁਬਾਰਾ ਫਿਰ ਕੱਪੜਾ ਆਪਣੀ ਸਾੜੀ ਨਾਲ ਪਾੜ ਕੇ ਸਿੱਟਿਆ ਉਹ ਫਿਰ ਵੀ ਹੱਥ ਨਾ ਆਇਆ ਤੀਜੀ ਵਾਰੀ ਕਹਿੰਦੇ ਜਦੋਂ ਤੂੰ ਕੱਪੜਾ ਪਾੜ ਕੇ ਸੁੱਟਿਆ ਤੇਰੇ ਕੋਲ ਮਗਰ ਆਪਣਾ ਨਗੇਜ ਢੱਕਣ ਜੋ ਕੋਈ ਕੱਪੜਾ ਬਚਿਆ ਉਹ ਰਿਸ਼ੀ ਦੇ ਹੱਥ ਆਇਆ ਕਹਿੰਦੇ ਉਹਨੇ ਉਸ ਕੱਪੜੇ ਦੇ ਨਾਲ ਆਪਣੇ ਤਨ ਨੂੰ ਢੱਕਿਆ ਤੇ ਤਨ ਨੂੰ ਢੱਕ ਕੇ ਬਾਹਰ ਆਇਆ ਤੇ ਨਾਲ ਦੀ ਨਾਲ ਕਹਿੰਦੇ ਉਹਨੇ ਤੈਨੂੰ ਅਸੀਸਾਂ ਦਿੱਤੀਆਂ ਪੁੱਤ ਜਿਵੇਂ ਤੂੰ ਅੱਜ ਮੇਰਾ ਨਗੇਜ ਢੱਕਿਆ ਮਾਲਕ ਕੇ ਤੇ ਤੇਰੇ ਵੀ ਪੜਦੇ ਗੱਜ ਲੱਗ ਉਹ ਰਿਸ਼ੀ ਦਾ ਨਾਂ ਦੁਰਬਾਸ਼ਾ ਰਿਸ਼ੀ ਲਿਖਿਆ ਹੋਇਆ ਇਸ ਵਾਰਤਾ ਨੂੰ ਵੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੇ ਕਵਿਤਾ ਵਿੱਚ ਅੰਕਿਤ ਕੀਤਾ ਕਹਿੰਦੇ ਦ੍ਰੋਪਦੀ ਕੁਪੀਨ ਮਾਤਰ ਦਈ ਜੋ ਮਨੀਸ ਰਹਿ ਤਾਂ ਤੇ ਸਭਾ ਮਦ ਬਹਿਓ ਬਸਨ ਪ੍ਰਵਾਹ ਜੀ ਕਹਿੰਦੇ ਕੁਪੀਨ ਮਾਤਰ ਹੁੰਦਾ ਲੰਗੋਟੀ ਜਿੰਨਾ ਦੋ ਚਾਰ ਗਿੱਠਾਂ ਕੱਪੜਾ ਤੂੰ ਦਾਨ ਕੀਤਾ ਏਡਾ ਵੱਡਾ ਦਰਖਤ ਬਣ ਗਿਆ ਕਹਿੰਦੇ ਵੀ ਤੇਰੀ ਇੱਜ਼ਤ ਮਾਲਕ ਨੇ ਰੱਖ ਲਈ ਕੀਤੇ ਹੋਏ ਕੰਮ ਤਕਦੀਰ ਬਣਦੇ ਨੇ ਤੇ ਪਾਤਸ਼ਾਹ ਜੀ ਕਹਿੰਦੇ ਜੀਵਨ ਦਾ ਹਰ ਕੰਮ ਉਸ ਮਾਲਕ ਨੂੰ ਪੁੱਛ ਕੇ ਕਰਨਾ ਚਾਹੀਦਾ ਹਰ ਇੱਕ ਕੀਤਾ ਹੋਇਆ ਕੰਮ ਤਕਦੀਰ ਬਣਦਾ ਜਦੋਂ ਸਵੇਰ ਵੇਲੇ ਆਪਾਂ ਨਿਤਨੇਮ ਕਰਦੇ ਹਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਸਾਨੂੰ ਨਿਤ ਸਮਝਾਉਂਦੇ ਨੇ ਕਹਿੰਦੇ ਬੰਦਿਆ ਦੇਖੀ ਘਰ ਤੇ ਪਰਿਵਾਰ ਦੀ ਖਾਤਰ ਕਿਤੇ ਅਸੂਲ ਨਾ ਛੱਡ ਦੇਵੀ ਕੀਤੇ ਕੰਮਾਂ ਨੇ ਤੇਰੀ ਤਕਦੀਰ ਬਣ ਜਾਣਾ ਪਹਿਲਾਂ ਭਗਤ ਕਬੀਰ ਜੀ ਦਾ ਇੱਕ ਸ਼ਬਦ ਸਾਂਝਾ ਕਰਦਾ ਜਾਵਾਂ ਭਗਤ ਕਬੀਰ ਜੀ ਕਹਿੰਦੇ ਬਹੁ ਪ੍ਰਪੰਚ ਕਰ ਤਰ ਧਨ ਲਿਆਵੈ ਸੁੱਖ ਧਾਰਾ ਪੈ ਆਨ ਲੁਟਾਵੈ ਲੁਟਾਵੈ ਸ਼ਬਦ ਕਿਉਂ ਵਰਤਿਆ ਜਦੋਂ ਕਮਾਈ ਪ੍ਰਪੰਚ ਨਾਲ ਹੋਵੇ ਪ੍ਰਪੰਚ ਠੱਗੀਆਂ ਮਾਰ ਕੇ ਨੂੰ ਦਿੰਦੇ ਨੇ ਜਦੋਂ ਧੰਦਾ ਦੋ ਨੰਬਰ ਦਾ ਹੋਏਗਾ ਉਦੋਂ ਮਨੁੱਖ ਵਰਤਣ ਨੂੰ ਨਹੀਂ ਦਿੰਦਾ ਉਦੋਂ ਲੁਟਾਉਂਦਾ ਹੁੰਦਾ ਪੁੱਤ ਕਹਿੰਦਾ ਬਾਪੂ 500 ਰੁਪਈਏ ਦੇ ਕਹਿੰਦਾ ਭਾਵੇਂ 1000 ਲੈ ਜਾ ਕਿਉਂਕਿ ਪ੍ਰਪੰਚ ਕਰਕੇ ਲੈ ਕੇ ਆਇਆ ਜਦੋਂ ਕਿਰਤ ਸੱਚੀ ਸੁੱਚੀ ਹੋਵੇ ਨਾ ਬਾਪੂ ਕਹੂਗਾ ਵੀ ਥੋੜਾ ਜਿਹਾ ਸਾਂਝਣ ਨਾ ਸਾਰੋ ਪੰਜ ਪਿਓ ਨਹੀਂ ਜੀ ਪੁੱਤ ਨੂੰ ਵਰਤਣ ਵਾਸਤੇ ਦੇਣ ਵਿੱਚ ਕੋਈ ਸ਼ੱਕ ਨਹੀਂ ਪਰ ਜਦੋਂ ਇਮਾਨਦਾਰੀ ਦੀ ਕਮਾਈ ਹੋਵੇ ਨਾ ਉਦੋਂ ਸਾਂਝ ਨੂੰ ਵੀ ਰੱਖਣਾ ਪੈਂਦਾ ਭਗਤ ਕਬੀਰ ਜੀ ਕਹਿੰਦੇ ਜਦੋਂ ਠੱਗੀਆਂ ਮਾਰ ਕੇ ਲਿਆਉਂਦਾ ਨਾ ਉਦੋਂ ਲੁਟਾਉਂਦਾ ਹੁੰਦਾ ਵਰਤਣ ਨੂੰ ਨਹੀਂ ਦਿੰਦਾ ਤਾਂ ਸ਼ਬਦ ਲੁਟਾਵੈ ਵਰਤਿਆ ਬਹੁ ਪ੍ਰਪੰਚ ਕਰ ਪਰ ਧਨ ਲਿਆਵੈ ਸੁੱਖ ਧਾਰਾ ਪੈ ਆਨ ਲੁਟਾਵੈ ਮਨ ਮੇਰੇ ਭੁੱਲੇ ਕੱਪੜੇ ਨਾ ਕੀਜੈ ਬੰਦਿਆ ਜਿਹੜਾ ਦੋ ਨੰਬਰ ਦਾ ਧੰਦਾ ਕੀਤਾ ਨਾ ਬ੍ਰੈਂਡਡ ਕੱਪੜੇ ਸਾਰੇ ਡੱਬਰ ਨੇ ਪਾ ਲੈਣੇ ਤਾਂ ਨਿੱਕੇ ਤੂੰ ਗੱਲੇ ਨਹੀਂ ਆ ਜਾਣਾ ਮਨ ਮੇਰੇ ਭੁੱਲੇ ਕੱਪੜੇ ਨਾ ਕੀਜੈ ਆਂਤਨ ਵੇਰਾ ਤੇਰੇ ਜੀ ਪੈ ਲੀਜੈ ਹੁਣ ਚੇਤਾ ਰੱਖੀ ਜਿਨ੍ਹਾਂ ਦੀ ਖਾਤਰ ਤੂੰ ਅਸੂਲ ਛੱਡ ਦਿੱਤੇ ਇੱਕ ਦਿਨ ਤੂੰ ਬਿਰਧ ਹੋਣਾ ਕਿਸੇ ਬਜ਼ੁਰਗ ਦੀ ਹਾਲਤ ਦੇਖੀ ਕਹਿੰਦੇ ਨੂੰ ਰਵਾਜਾਂ ਮਾਰਦਾ ਧੀਏ ਪਾਣੀ ਦੇ ਜਾਓ ਕਹਿੰਦੀ ਬਾਪੂ ਹੁਣੇ ਤਾਂ ਪਹਿਲਾਂ ਦਿੱਤਾ ਸੀ ਕਹਿੰਦਾ ਪਿਆਸ ਲੱਗੀ ਆ ਦੁਆਰਾ ਫਿਰ ਮਿੰਨਤਾਂ ਕੀਤੀਆਂ ਕਹਿੰਦੀ ਵੀ ਬਾਪੂ ਤੇਰੇ ਛੋਲੇ ਥੋੜਾ ਚੱਪੇ ਹੋਏ ਉਹਨੇ ਤਾਂ ਦਿੱਤਾ ਸੀ ਕਹਿੰਦਾ ਨਹੀਂ ਧੀਏ ਦੇ ਕੇ ਜਾ ਤੇ ਅੱਗੋਂ ਨੂੰ ਨੇ ਬਹਾਨਾ ਮਾਰਿਆ ਵੀ ਭਾਂਡੇ ਮਾਂਜਣ ਵਾਲੇ ਪਏ ਆ ਸਾਰੇ ਕਹਿੰਦੇ ਬਜ਼ੁਰਗ ਤਰਲੇ ਲੈਂਦਾ ਵਿਚਾਰਾ ਕਹਿੰਦਾ ਵੀ ਜੇ ਭਾਂਡੇ ਮਾਂਜਣ ਵਾਲੇ ਪਏ ਧੀਏ ਆਉਂ ਕਰ ਮੈਂ ਕੋਕ ਕਰਦਾ ਕੋਕ ਜਿਹੜੇ ਪਿੰਡਾਂ ਤੋਂ ਆਏ ਉਹਨਾਂ ਨੂੰ ਪਤਾ ਇੱਦਾਂ ਵਾਲੇ ਭੱਖ ਜਿਹਾ ਲੱਗ
ਵੀ ਮੇਰੇ ਕੋਕ ਚ ਮੇਰੇ ਬੁੱਕ ਚ ਹੀ ਪਾਣੀ ਪਾ ਦੇ। ਕਹਿੰਦੇ ਉਹ ਨੂੰਹ ਨੇ ਬੁੱਕ ਚ ਵੀ ਪਾਣੀ ਨਾ ਪਾਇਆ। ਭਗਤ ਕਬੀਰ ਜੀ ਕਹਿੰਦੇ ਯਾਦ ਰੱਖੀ ਕਿਰਪ ਸੱਚੀ ਸੁੱਚੀ ਕਰਨੀ ਚਾਹੀਦੀ ਆ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਚਾਹੀਦਾ, ਪਰ ਕਿਸੇ ਦਾ ਖੋਹ ਖਿੰਚ ਕੇ ਲਈ ਆਉਣਾ ਘਰ ਨੂੰ ਇਹ ਗਲਤ ਗੱਲ ਆ। ਕਹਿੰਦੇ ਛਿਣ ਛਿਣ ਤਨ ਚੀਜ਼ ਜਰਾ ਜਨਾਵੈ ਤਬ ਤੇਰੀ ਓਕ ਕੋਈ ਪਾਣੀ ਉਹਨਾਂ ਪਾਵੇ ਜਿਹਨਾਂ ਦੀ ਖਾਤਰ ਅਸੂਲ ਛੱਡੇ ਸੀ, ਕਿਸੇ ਨੇ ਪਾਣੀ ਵੀ ਨਹੀਂ ਪੁੱਛਣਾ। ਕਹਿਤ ਕਬੀਰ ਕੋਈ ਨਹੀਂ ਤੇਰਾ ਹਿਰਦੈ ਰਾਮ ਕੀ ਨਾ ਜਪੈ ਸਵੇਰਾ। ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਕਹਿੰਦੇ ਜਿਸ ਘਰ ਪਰਿਵਾਰ ਦੀ ਖਾਤਰ ਅਸੂਲ ਛੱਡ ਬੈਠਦਾ ਨਾ, ਕਹਿੰਦੇ ਇਹਨਾਂ ਨੇ ਨਾਲ ਨਹੀਂ ਲਿਬਣਾ। ਜੇ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ, ਐਸਾ ਕੰਮ ਕਿਉਂਕਿ ਕੀਤੇ ਹੋਏ ਕੰਮਾਂ ਨੇ ਤਕਦੀਰ ਬਣ ਜਾਣਾ। ਫਰੀਦਾ ਜਿੰਨੀ ਕੰਮੀ ਨਾਹੀਂ ਗੁਣ ਤੇ ਕੰਬੜੇ ਵਿਸਾਰ, ਮਤ ਸ਼ਰਮਿੰਦਾ ਥੀਨ ਹੀ ਸਾਈਂ ਦਾ ਦਰਬਾਰ। ਹੁਣ ਗੁਰੂ ਕੋਲੇ ਆਉਣ ਦਾ ਫਾਇਦਾ ਕੀ ਹੋਇਆ? ਵੀ ਜੇ ਕੀਤੇ ਕਰਮਾਂ ਨੂੰ ਭੋਗਣਾ ਪੈਣਾ ਤਾਂ ਭਗਤ ਸਦਨਾ ਜੀ ਕਹਿੰਦੇ ਤਬ ਗੁਣ ਕਹਾਂ ਜਗਤ ਗੁਰਾ ਜਾਂ ਕਰਮ ਨਾ ਨਾਸੈ। ਕਹਿੰਦੇ ਜੇ ਕਰਮ ਹੀ ਭੋਗਣੇ ਆ, ਮੈਨੂੰ ਦੱਸ ਬਾਪੂ ਤੇਰੇ ਕੋਲੇ ਆਉਣ ਦਾ ਆਸਰਾ ਕੀ ਹੋਇਆ? ਮੈਂ ਅਰਦਾਸ ਕਰਨ ਵਾਸਤੇ ਆਇਆ, ਨਵਾਂ ਸਾਲ ਕਰਨਾ ਮੈਂ ਤੇਰੇ ਕੋਲੇ ਉਮੀਦ ਲੈ ਕੇ ਆਇਆ ਸੀ ਜੇ ਕੀਤੇ ਕਰਮਾਂ ਦਾ ਫਲ ਭੋਗਣਾ ਪੈਣਾ ਤਾਂ ਮੈਂ ਬਾਹਰ ਵੀ ਭੋਗੀ ਜਾਂਦਾ ਸੀ। ਹੁਣ ਕਹਿੰਦੇ ਜਦੋਂ ਕੋਈ ਅੱਗੋਂ ਤੋਂ ਸੁਧਰਨ ਵਾਸਤੇ ਤਿਆਰ ਹੋ ਜਾਏ, ਪਿਛਲਿਆਂ ਤੋਂ ਤੌਬਾ ਕਰ ਲਵੇ ਤੇ ਇਸ ਤਰੀਕੇ ਨਾਲ ਮਾਲਕ ਬਖਸ਼ ਦਿੰਦਾ। ਇਹ ਨਹੀਂ ਨੈਤੀ ਪਾਪ ਕਰੋ ਤੇ ਨੈਤੀ ਆਣ ਕੇ ਦੇਣ ਕਰਾ ਲਓ, ਦਸਾਂ ਡਾਲਰਾਂ ਦੀ ਰਾਹ ਬਖਸ਼ ਦੇਗਾ। ਜੇ ਗਿਣ ਬੈਠ ਕੇ ਨੈਤੀ ਕਰਦਾ ਫਿਰ ਪਾਤਸ਼ਾਹ ਜੀ ਪਤਾ ਕੀ ਕਹਿੰਦੇ? ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਉਂਦਿਆ ਤੇਰਾ ਕੋਈ ਨਾ ਬੇਲੀ ਰਾਮ ਬਖਸ਼ਦਾ ਕਿਵੇਂ ਆ? ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੇ। ਅੱਗੋਂ ਤੋਂ ਸੁਧਰਨ ਵਾਸਤੇ ਜੇ ਤਿਆਰ ਹੋਏ ਤੇ ਜੇ ਸੁਧਰਨ ਵਾਸਤੇ ਤਿਆਰ ਹੈ, ਜੇ ਗੁਰੂ ਦੇ ਦਰ ਤੇ ਆਣ ਕੇ ਜੋਦਰੀ ਕੀਤੀ ਜਾਵੇ, ਉਹ ਮਾਲਕ ਬਖਸ਼ ਦਿੰਦਾ। ਇੱਕ ਦਿਨ ਨਾ ਭਾਈ ਗੁਰਦਾਸ ਜੀ ਆਏ ਹਰਿਮੰਦਰ ਸਾਹਿਬ, ਸਿੱਖ ਸੰਗਤਾਂ ਬੈਠੀਆਂ ਆਣ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਮੱਥਾ ਟੇਕਿਆ ਤੇ ਮੱਥਾ ਟੇਕ ਕੇ ਕਹਿੰਦੇ ਮਹਾਰਾਜ ਜੀ ਹੈ ਤੁਸੀਂ ਵੀ ਸਿਆ ਤੇ ਹੈ ਅਸੀਂ ਵੀ ਸਿਆ। ਨਾਲ ਕਹਿੰਦੇ ਮਹਾਰਾਜ ਜੀ ਹੈ ਤੁਸੀਂ ਵੀ ਸਮੁੰਦਰ ਤੇ ਸੁੱਖ ਨਾਲ ਹੈ ਅਸੀਂ ਵੀ ਸਮੁੰਦਰੀ, ਪਾਰਾਵਾਰ ਤੁਹਾਡਾ ਵੀ ਨਹੀਂ ਤੇ ਪਾਰਾਵਾਰ ਸਾਡਾ ਵੀ ਨਹੀਂ। ਉਹ ਜਿਹੜੇ ਸਿੱਖ ਬੈਠੇ ਸੀ ਨਾ ਕੋਲੇ ਕੋਲੇ ਨਵੇਂ, ਉਹ ਕਹਿੰਦੇ ਵੀ ਮੰਨਿਆ ਭਾਈ ਗੁਰਦਾਸ ਜੀ ਬਹੁਤ ਵਿਦਵਾਨ ਨੇ, ਮਾਲਕ ਦੀ ਬੜੀ ਬਖਸ਼ਿਸ਼ ਹੈ ਇਹਨਾਂ ਤੇ, ਪਰ ਗੁਰੂ ਦੀ ਬਰਾਬਰੀ ਕਰਦੇ ਗੱਲ ਠੀਕ ਨਹੀਂ। ਉਹਨਾਂ ਦੇ ਮਨ ਦੀ ਦਸ਼ਾ ਨੂੰ ਜਾਣ ਕੇ ਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਭਾਈ ਸਾਹਿਬ ਜੀ ਮਾੜਾ ਜਿਹਾ ਦੱਸ ਤਾਂ ਦਿਓ ਨਾ ਜਿਹੜੀ ਗੱਲ ਤੁਸੀਂ ਕਹਿ ਰਹੇ ਹਾਂ ਵੀ ਤੂੰ ਵੀ ਬਾਪੂ ਸਮੁੰਦਰ ਤੇ ਅਸੀਂ ਵੀ ਸਮੁੰਦਰ, ਤੇਰਾ ਵੀ ਪਾਰਾਵਾਰ ਨੀ ਤੇ ਸਾਡਾ ਵੀ ਪਾਰਾਵਾਰ ਨੀ, ਇਹ ਕੀ ਕਹਿਣਾ ਚਾਹੁੰਦੇ ਹਾਂ? ਭਾਈ ਸਾਹਿਬ ਨੇ ਉੱਥੇ ਇੱਕ ਕਵਿਤਾ ਉਚਾਰਨ ਕੀਤਾ, ਕਹਿੰਦੇ ਮਹਾਰਾਜ ਜੀ ਤੋਸੋ ਨਾ ਨਾਥ ਅਨਾਥ ਨਾ ਮੋਸਰ, ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ। ਕਹਿੰਦੇ ਸਾਡੇ ਵਰਗਾ ਮਿਖਸਮਾ ਕੋਈ ਨੀ ਤੇ ਤੇਰੇ ਵਰਗਾ ਖਸਮ ਵੀ ਦੁਨੀਆਂ ਤੇ ਕੋਈ ਨੀ, ਸਾਡੇ ਵਰਗਾ ਮੰਗਤਾ ਕੋਈ ਨੀ ਤੇ ਤੇਰੇ ਵਰਗਾ ਦਾਤਾ ਵੀ ਦੁਨੀਆਂ ਤੇ ਕੋਈ ਨੀ, ਅਸੀਂ ਲੈਂਦੇ ਥੱਕ ਜਾਂਦੇ ਤੂੰ ਦਿੰਦਾ ਨੀ ਥੱਕਦਾ। ਅੱਗੇ ਕਹਿੰਦੇ ਮੋਸੋ ਨਾ ਦੀਨ ਦਇਆਲ ਨਾ ਤੋਸਰ, ਮੋਸੋ ਅਗਿਆਨ ਨਾ ਤੋਸੋ ਵਿਚਾਰੀ, ਮੇਰੇ ਵਰਗਾ ਆਸਸ ਕੋਈ ਨੀ ਤੇ ਤੇਰੇ ਵਰਗਾ ਦਿਆਲੂ ਦੁਨੀਆਂ ਤੇ ਕੋਈ ਨੀ। ਮੋਸੋ ਨਾ ਦੀਨ ਦਇਆਲ ਨਾ ਤੋਸਰ, ਮੋਸੋ ਅਗਿਆਨ, ਮੇਰੇ ਵਰਗਾ ਬੇਸਮਝ ਕੋਈ ਨੀ, ਮੈਂ ਬੇਸਮਝਾਂ ਵਿੱਚੋਂ ਸਿਆ ਤੇ ਤੁਸੀਂ ਸਮਝਦਾਰਾਂ ਵਿੱਚੋਂ ਸਿਆ। ਅੱਗੇ ਕਹਿੰਦੇ ਮੋਸੋ ਨਾ ਪਤਤ ਨਾ ਪਾਵਨ ਤੋਸਰ, ਮੋਸੋ ਵਿਕਾਰੀ ਨਾ ਤੋਸੋ ਉਪਕਾਰੀ। ਕਹਿੰਦੇ ਮੈਂ ਵਿਕਾਰੀਆਂ ਦੇ ਵਿੱਚੋਂ ਸਿਰਾ ਹੀ ਹਾਂ, ਕਹਿੰਦੇ ਅੱਖਾਂ ਦਾ ਮੈਂ ਵਿਕਾਰੀ, ਕੰਨਾਂ ਦਾ ਮੈਂ ਵਿਕਾਰੀ, ਰਸਨਾਂ ਦਾ ਮੈਂ ਵਿਕਾਰੀ, ਹੱਥਾਂ ਦਾ ਮੈਂ ਵਿਕਾਰੀ, ਪਰ ਤੇਰੇ ਵਰਗਾ ਪਰਉਪਕਾਰੀ ਕੋਈ ਨੀ, ਤੂੰ ਪਰਉਪਕਾਰੀਆਂ ਵਿੱਚੋਂ ਸਿਰਾ ਹੀ ਹਾਂ। ਮੋਸੋ ਨਾ ਪਤਤ ਨਾ ਪਾਵਨ ਤੋਸਰ, ਮੋਸੋ ਵਿਕਾਰੀ ਨਾ ਤੋਸੋ ਉਪਕਾਰੀ। ਅਖੀਰ ਤੇ ਕਹਿੰਦੇ ਮਹਾਰਾਜ ਜੀ ਹੈ ਤੂੰ ਵੀ ਸਮੁੰਦਰ ਤੇ ਹੈ ਅਸੀਂ ਵੀ ਸਮੁੰਦਰ, ਉਹ ਗੱਲ ਅਲੱਗ ਆ ਵੀ ਤੂੰ ਗੁਣਾਂ ਦਾ ਸਮੁੰਦਰ ਅਸੀਂ ਔਗਣਾਂ ਦੇ ਸਮੁੰਦਰ, ਤੇਰੇ ਗੁਣ ਨੀ ਗਿਣੇ ਜਾਂਦੇ ਤੇ ਸਾਡੇ ਔਗਣ ਨੀ ਗਿਣੇ ਜਾਂਦੇ, ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕੁਛ ਮੇਰ ਪਾਵੋ ਡੁੱਬਦੇ ਪੱਥਰ ਤਾਰੇ। ਅਖੀਰੀਆਂ ਪੰਕਤ ਵਿੱਚ ਭਾਈ ਸਾਹਿਬ ਜੀ ਕਹਿੰਦੇ ਮੇਰੇ ਹੈ ਅਵਗੁਣ ਤੂੰ ਗੁਣ ਸਾਗਰ, ਜ਼ਿਆਦਾਤਰ ਸਾਤਲ ਓਟ ਤਿਹਾਰੀ। ਮਹਾਰਾਜ ਜੀ ਤੁਸੀਂ ਔਗਣਾਂ ਵਾਲਿਆਂ ਨੂੰ ਵੀ ਬਖਸ਼ ਦਿੰਦੇ, ਤੁਸੀਂ ਗੁਣਾਂ ਦੇ ਸਮੁੰਦਰ, ਤੁਹਾਡੇ ਦਰ ਤੇ ਪੱਤ ਪਾਪੀ ਜਿਹੜਾ ਵੀ ਕੋਈ ਆ ਗਿਆ
ਉਹਨੂੰ ਤੁਸੀਂ ਪਾਰ ਕਰ ਦਿੱਤਾ। ਸੋ ਕੀਤੇ ਕੰਮ ਤਕਦੀਰ ਬਣਦੇ ਨੇ, ਅੱਗੋਂ ਵਾਸਤੇ ਤੇ ਸੁਧਰਨ ਵਾਸਤੇ ਤਿਆਰ ਹੋਣ। ਗੁਰੂ ਪਾਤਸ਼ਾਹ ਜੀ ਬਖਸ਼ ਦਿੰਦੇ ਨੇ ਆਪਾਂ ਅਰਦਾਸ ਕਰਨ ਲਈ ਆਏ ਹਾਂ, ਗੁਰੂ ਦੇ ਚਰਨਾਂ ਵਿੱਚ ਜੋਦਗੀ ਕਰਨੀ ਆ। ਮਨੁੱਖ ਨਵਾਂ ਸਾਲ ਆਉਣ ਤੇ ਕਈ ਵਾਰੀ ਜਾਂਤਰੀਆਂ ਬਦਲਦਾ, ਕੈਲੰਡਰ ਬਦਲਦਾ, ਕੱਪੜੇ ਬਦਲਦਾ, ਸਾਰਾ ਕੁਛ ਬਦਲਦਾ, ਪਰ ਆਪਣੇ ਆਪ ਨੂੰ ਨਹੀਂ ਬਦਲਦਾ। ਜਿੰਨਾ ਬੇਈਮਾਨ ਪਿਛਲੇ ਸਾਲ ਸੀ ਉਨਾ ਹੋਣਾ ਤੇ ਆਉਣ ਵਾਲੇ ਸਮੇਂ ਵਿੱਚ ਵੀ ਰਹਿੰਦਾ। ਸੱਚਾਈ ਹੈ ਨਾ ਇਹ ਗੱਲ? ਕੱਪੜੇ ਬਦਲਦਾ, ਜਾਂਤਰੀਆਂ ਬਦਲਦਾ, ਕੈਲੰਡਰ ਬਦਲਦਾ, ਤੇ ਬਾਪੂ ਕਹਿੰਦਾ ਸੀ ਤੂੰ ਵੀ ਬਦਲ, ਕਹਿੰਦਾ ਮੈਂ ਨੀ ਬਦਲਣਾ, ਮੈਂ ਤਾਂ ਉਦਾਂ ਦੇ ਰਹੂੰਗਾ। ਪਾਤਸ਼ਾਹ ਜੀ ਕਹਿੰਦੇ ਨਹੀਂ ਭਲਿਆ, ਭਾਈ ਨੰਦ ਲਾਲ ਜੀ ਦੀਆਂ ਭਗਤੀਆਂ ਨੇ। ਕਹਿੰਦੇ ਇੱਕ ਦਿਨ ਕਲਗੀਆਂ ਵਾਲੇ ਕੋਲੋਂ ਪ੍ਰੇਮ ਸੁਰਾਗੀ ਪੀਤੀ, ਸਾਰੀ ਉਮਰ ਗੁਨਾਹੀ ਬੀਤੀ, ਹਰ ਕੀ ਭਗਤ ਨਾ ਕੀਤੀ, ਆਗੇ ਸਮਝ ਚੱਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ। ਪਿਛਲਾ ਲੰਘ ਚੁੱਕਿਆ ਸਮਾਂ ਸਾਡੇ ਹੱਥ ਵਿੱਚ ਨਹੀਂ, ਆਉਣ ਵਾਲੇ ਕੱਲ ਦਾ ਪਤਾ ਕੋਈ ਨਹੀਂ, ਵਰਤਮਾਨ ਹੱਥ ਵਿੱਚ ਹੈ। ਮੱਧ ਭੁਲੇਖੇ ਵਿੱਚ ਪੈਣਾ ਆਉਣ ਵਾਲਾ 2020 ਜਾਂ 19 ਵਰਤਮਾਨ ਆ, ਜਿਹੜਾ ਸਵਾਸ ਆ ਗਿਆ ਇਹ ਵਰਤਮਾਨ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹਮ ਆਦਮੀ ਹਾਂ ਇਕਦਮ ਹੀ ਮੋਹਲਤ ਮੋਹਤ ਨਾ ਜਾਣਾ, ਨਾਨਕ ਬਿਨ ਵੈਸੇ ਸਹਿ ਸਰੇਵੋ ਜਾ ਕੇ ਜੀ ਪੁਰਾਣਾ। ਕੀਤੇ ਕੰਮ ਤਕਦੀਰ ਬਣਦੇ ਨੇ, ਸਾਰਿਆਂ ਤੋਂ ਮਾੜਾ ਕਰਨ ਹੈ ਰੱਬ ਨੂੰ ਭੁੱਲ ਜਾਣਾ, ਤੇ ਕਰਮਾਂ ਵਿੱਚੋਂ ਸ਼੍ਰੋਮਣੀ ਕਰਮ ਹੈ। ਹਰ ਕੀਰਤ ਸਾਧ ਸੰਗਤ ਹੈ ਸਹਿ ਕਰਮੰਦ ਹੈ, ਕਰਮਾਂ ਕੋ ਨਾਨਕ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ। ਰੱਬ ਨੂੰ ਚੇਤੇ ਰੱਖਣਾ ਸਭ ਤੋਂ ਸ਼੍ਰੋਮਣੀ ਕਰਮ ਹੈ। ਆਓ 2 ਮਿੰਟ ਆਪਾਂ ਵੀ ਬੀਜ ਲਈਏ, ਕੇਵਲ 1.5 ਮਿੰਟ ਬਾਕੀ ਹੈ, ਮੁੜ ਕੇ ਗੁਰੂ ਕੇ ਕੀਰਤਨੀਏ ਰਾਗੇ ਦੋਨੇ ਜਿੱਥੇ ਆਪ ਨੂੰ ਕੀਰਤਨ ਸਰਵਣ ਕਰਾਉਣਗੇ। ਠੀਕ 12 ਵਜੇ ਅਰਦਾਸ ਹੋਏਗੀ। ਆਪ ਸੰਗਤਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ। ਗੁਰੂ ਪਾਤਸ਼ਾਹ ਜੀ ਸਿੱਖੀ ਸੰਗਤ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ। ਕੋਈ ਐਸਾ ਮਾੜੀ ਕਿਸਮਤ ਵਾਲਾ ਨਾ ਹੋਵੇ ਜਿਹਦੀ 1-2 ਮਿੰਟ ਵੀ ਹਾਜ਼ਰੀ ਨਾ ਲੱਗੇ। ਚੌਂਕੜਾ ਮਾਰ ਕੇ ਬੈਠੋ, ਉੱਚੀ ਆਵਾਜ਼ ਵਿੱਚ ਸਾਰੇ ਬੋਲ ਕੇ ਹਾਜ਼ਰੀ ਲਵਾਓ। ਆਪਾਂ ਵੀ ਵਾਹਿਗੁਰੂ ਸਿਮਰਨ ਦਾ ਬੀਜ ਬੀਜੀਏ ਜੀ। ਵਾਹਿਗੁਰੂ ਕਰਦੇ ਹੋਏ ਪਤੇ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।